बिन नाम है बोले सब बेकार। बस जो नाम के बिना बोलते ने सारे बेकार ने, चाहे अखौती कीर्तन दरबार कराते ने, चाहे बड़े बड़े सेमिनार कराते ने, सब बेकार ने। रिजल्ट किसी का कुछ नहीं आ रहा। आप मानते ने तूड़ा लाने असं ये करते वो करते हैं, अरबा खरबा रुपये खर्च करते हैं। रुपये तो जोड़े सिख नहीं है ना, नहीं सिख गरीब ने उन्होंने खर्च करते हो, पता तो लगे भी सिख कहे जे ने। तुम अपने जवाकों जहर खिलाई जाते हो, यह संखिया एक होर मत मारी गई। आपे गुरु के नौते दान करके आपे खाई जाते, जोड़ा तुम दसवान दें कहदे वास्ते दें, आप खाने वास्ते दें। ਤੁਸੀਂ ਖਰਚ ਜੇ ਕਰਨਾ ਹੈ ਉਹਨਾਂ ਦੇ ਕਰੋ ਜਿਹੜੇ ਸਿੱਖ ਹੈ ਨਹੀਂ, ਤਾਂ ਕਿ ਸਿੱਖੀ ਦਾ ਅਸਰ ਉਹਨਾਂ ਦੇ ਦਿਮਾਗ 'ਤੇ ਪਵੇ ਵੀ ਸਿੱਖੀ ਕੀ ਹੁੰਦੀ ਹੈ। ਤੁਹਾਡੇ 'ਤੇ ਤਾਂ ਤੁਹਾਡੇ 'ਤੇ ਵੀ ਫਿਰ ਪੋਜ਼ੀਟਿਵ ਪਊਗਾ, ਸਾਡੇ 'ਤੇ ਪੋਜ਼ੀਟਿਵ ਅਸਰ ਸਿੱਖੀ ਦਾ ਉਦਣ ਪਊ ਜਿੱਦਣ ਅਸੀਂ ਗੋਲਕ ਦੇ ਪੈਸੇ ਤੋਂ ਸਾਡੀ ਅਸੀਂ ਉਹਨੂੰ ਜ਼ਹਿਰ ਬੋਲ ਲਈ। ਇਹ ਸੰਖੀ ਹੈ ਹੁਣ, ਇਹ ਉਹਨਾਂ ਗਰੀਬਾਂ ਦਾ ਹੱਕ ਹੈ ਜਿਹੜੇ ਸਿੱਖੀ ਨਾਲ ਜੋ ਜੁੜੇ ਨਹੀਂ ਹੋਏ। ਉਹਨਾਂ ਦੇ ਅੰਦਰ ਪ੍ਰੇਮ ਪੈਦਾ ਕਰੂੰ ਸਿੱਖੀ ਦਾ, ਉਹਨਾਂ ਦੇ ਅੰਦਰ ਤਾਂ ਸਿੱਖੀ ਵਾਸਤੇ ਪ੍ਰੇਮ, ਉਹਨਾਂ ਖਾਤਰ ਤਾਂ ਦਵਾਈ ਹੈ, ਸਾਡੇ ਵਾਸਤੇ ਜ਼ਹਿਰ ਹੈ। ਉਹਨਾਂ ਵਾਸਤੇ ਜ਼ਹਿਰ ਨਹੀਂ, ਉਹਨਾਂ ਵਾਸਤੇ ਜ਼ਹਿਰ ਨਹੀਂ। ਉਹ ਖਾ ਕੇ ਪ੍ਰੇਮ ਪੈਦਾ ਹੋਊ ਉਹਨਾਂ ਦੇ ਅੰਦਰ ਸਿੱਖੀ ਵਾਸਤੇ। ਸਾਡੇ ਅੰਦਰ ਜ਼ਹਿਰ ਪੈਦਾ ਹੋਊਗੀ ਇਹਦੇ, ਸਾਡੇ ਵਾਸਤੇ ਜ਼ਹਿਰ, ਜ਼ਹਿਰ ਫੈਲੀ ਹੋਈ ਹੈ ਸਾਰੇ। ਸੱਚ ਹੈ ਇਹ, ਇਹਨੂੰ ਕੌਣ ਕਹਿੰਦਾ ਤੂੰ ਝੂਠ ਹੈ? ਝੂਠ ਅੱਗੇ ਡਿਸਕਸ ਕਰ ਲੈਣ, ਟੈਲੀਵਿਜ਼ਨ 'ਤੇ ਬੈਠ ਕੇ ਕਰ ਲੈਣ, ਮੈਦਾਨ 'ਚ ਕਰ ਲੈਣ, ਸਾਰੇ ਧਰਮ ਇਕੱਠੇ ਕਰਕੇ ਕਰ ਲੈਣ। ਸਿਰਫ ਅਸੀਂ ਆਪਣੇ ਤੱਕ ਸੀਮਿਤ ਕਰ ਲਿਆ ਪੈਸੇ ਨੂੰ, ਸਿੱਖਣ ਦੀ ਤਰੱਕੀ ਤੱਕ। ਸਾਡੇ ਅੰਦਰ ਜ਼ਹਿਰ ਫੈਲ ਗਈ ਹੈ। ਅਨੰਦਪੁਰ ਸਾਹਿਬ 'ਤੇ ਖੱਚਰ ਆਈ ਸੀ ਮਾਇਆ ਦੀ ਧੰਦੀ, ਉਸਨੇ ਕਾਲਾ ਕਰਤਾ ਫਤਿਹਗੜ੍ਹ ਸਾਹਿਬ ਕਰਤਾ ਨਾ ਕਾਲਾ, ਬਸ ਖੱਚਰ ਵੀ ਗਈ ਕਾਲਾ ਵੀ ਹੋ ਗਿਆ। ਬਾਕੀ ਸਾਰਾ ਧਨ ਗੁਰੂ ਸਾਹਿਬ ਨੇ ਸੁਟਾਤਾ ਉੱਥੇ ਸਤਲੁਜ ਦੇ ਵਿੱਚ ਸੁਟਾਤਾ। ਉਸੇ ਨਾਲ ਬੰਦਾ ਬੇਈਮਾਨ ਕਰਤਾ। ਗੁਰਦੁਆਰਿਆਂ 'ਚ ਈਰਖਾ ਲੜਾਈ ਝਗੜਾ ਰੋਜ਼, ਪੱਗਾਂ ਜਿਹੜੀਆਂ ਲਹਿੰਦੀਆਂ ਨੇ ਤਲਵਾਰਾਂ ਚੱਲਦੀਆਂ ਕਾਹਦੇ ਵਾਸਤੇ ਚੱਲਦੀਆਂ ਨੇ? ਧੜੇਬੰਦੀ ਕਾਹਦੇ ਵਾਸਤੇ ਹੈ? ਪੈਸੇ ਵਾਸਤੇ। ਗੁਰਦੁਆਰੇ ਪੈਸਾ ਚੜ੍ਹਾਉਣਾ ਗੁਰਬੰਤ ਨਾਲ ਧਰੋਹ ਕਰਨ ਦੇ ਬਰਾਬਰ ਹੈ, ਹੋਰ ਕੁਛ ਨਹੀਂ। ਉਹ ਲੋਕ ਧਰੋਹ ਕਰ ਰਹੇ ਨੇ ਅਣਜਾਣਪਣੇ 'ਚ, ਪਤਾ ਨਹੀਂ ਹੈ ਉਹਨਾਂ ਨੂੰ, ਅਣਜਾਣਪਣੇ 'ਚ ਕਰ ਰਹੇ, ਉਹਨਾਂ ਨੂੰ ਗਿਆਨ ਹੈ। ਆਪਣੇ ਹੱਥ ਨਾਲ ਉਹਨਾਂ ਲੋਕਾਂ 'ਤੇ ਉਹ ਪੈਸਾ ਖਰਚ ਕਰਨ ਜਿਹੜੇ ਸਿੱਖ ਨਹੀਂ ਹਨ। ਕਿਆ ਜਿਹੜੇ ਸਿੱਖ ਅਤ ਗਰੀਬ ਨੇ, ਲੋੜ ਹੈ, ਉਹ 'ਤੇ ਵੀ ਖਰਚ ਕੀਤਾ ਜਾ ਸਕਦਾ। ਇਹ ਗੱਲ ਗਲਤ ਹੈ ਕਿ ਜਿਹੜੇ ਸਿਖਲੀ ਗੱਲ ਸਿੱਖ ਨੇ ਉਹਨਾਂ 'ਤੇ ਖਰਚ ਕਰਨਾ, ਦੋਆਂ 'ਤੇ ਨਹੀਂ ਕਰਨਾ। ਫਿਰ ਅਸੀਂ ਇੱਕ ਪਿਤਾ ਇੱਕ ਵਾਰਕ ਵਾਲੀ ਗੱਲ ਨਹੀਂ ਬਣਦੀ। ਫਿਰ ਇਹ ਦੇਸੀ ਕੌਣ 'ਚ ਫਰਕ ਆ ਗਿਆ? ਸਾਡੇ ਖਾਤਰ ਤਾਂ ਸਾਰੇ ਸਿੱਖ ਨੇ। ਸਿੱਖ ਭੇਖ ਨਾਲ ਨਹੀਂ ਹੁੰਦਾ, ਭੇਖ ਨਾਲ ਸਿੱਖ ਨਹੀਂ ਹੈ, ਭੇਖ ਨਾਲ ਸਿੱਖੀ ਦਾ ਕੋਈ ਸੰਬੰਧ ਨਹੀਂ। ਅੰਤਰਾਤਮਾ ਦੀ ਆਵਾਜ਼ ਨੂੰ ਮੰਨਣ ਵਾਲਾ ਸਿੱਖ ਹੈ, ਨਾ ਮੰਨਣ ਵਾਲਾ ਸਿੱਖ ਨਹੀਂ ਹੈ। ਬਸ ਅੰਤਰਾਤਮਾ ਦੀ ਆਵਾਜ਼ ਸਭ ਦੇ ਅੰਦਰ ਹੈ। ਸਤਿਗੁਰ 'ਤੇ ਖਾਲੀ ਕੋਈ, ਜੇ ਸਤਿਗੁਰ 'ਤੇ ਖਾਲੀ ਕੋਈ ਨਹੀਂ, ਸਿੱਖ ਸਾਰੇ ਹੀ ਨੇ। ਉਹਨੂੰ ਉਹਦੇ ਸਤਿਗੁਰ ਨਾਲ ਜੋੜ ਦਿਓ, ਪੱਕਾ ਸਿੱਖ ਬਣਾ ਦਿਓ। ਜੇ ਕਿਸੇ ਨੇ ਸਿੱਖ ਬਣਨਾ ਹੈ, ਆਪਣੇ ਅੰਦਰ ਦੇ ਸਤਿਗੁਰ ਨਾਲ ਜੁੜ ਜਾਓ, ਜੋੜ ਦਿਓ। ਸਿੱਖੀ ਜੋੜ, ਸਿੱਖੀ ਫੈਲਾਉਣ ਦਾ ਤਰੀਕਾ ਹੀ ਇਹ ਸੌਖਾ ਤਰੀਕਾ।
ਉਹਨੂੰ ਇਹ ਨਾ ਕਹੋ ਵੀ ਤੂੰ ਹਾਂ ਆ ਤਾਂ ਹੁਣ ਸਰਕਾਰ ਵੀ ਕਹਿੰਦੀ ਹੈ ਗੁਟਕੇ ਗਟਕੇ ਆ ਜਿਹੜੇ ਬੇਖੋਖ ਆ ਤੰਬਾਕੂ ਵਗੈਰਾ ਵੀ ਛੱਡ ਦਿਓ ਇਹ ਤਾਂ ਇੱਕ ਮੈਡੀਕਲ ਅਪਰੋਚ ਵੀ ਹੈ ਇਹ ਤਾਂ ਸਰੀਰਕ ਨੁਕਸਾਨ ਵੀ ਹੈ ਇਹਨਾਂ ਤੇ ਜ਼ੋਰ ਦੇ ਸਕਦੇ ਇਹ ਤੇ ਜ਼ੋਰ ਦਿੱਤਾ ਜਾ ਸਕਦਾ ਕੇਸ ਰੱਖੋ ਰੱਖ ਲਓ ਇਹ ਪ੍ਰੇਰਣਾ ਦੇ ਸਕਦੇ ਹਾਂ ਜ਼ੋਰ ਨਹੀਂ ਦੇ ਸਕਦੇ ਪ੍ਰੇਰਣਾ ਦੇ ਸਕਦੇ ਵੀ ਭਾਈ ਰੱਖਣੇ ਚਾਹੀਦੇ ਨੇ ਸਮਝਾਓ ਸਮਝਾਉਂਦੇ ਰਹੋ ਹੌਲੀ ਹੌਲੀ ਰੱਖ ਲੈਣਗੇ ਕੋਈ ਸ਼ਾਇਦ ਪਹਿਲੀ ਵਾਰ ਕੋਈ ਰੱਖ ਲੈ ਪਰ ਇਹ ਕੇਸ ਰੱਖਣ ਨੂੰ ਵੀ ਸਿੱਖੀ ਦਾ ਮੁੱਦਾ ਨਹੀਂ ਬਣਾਉਣਾ ਉਹਨੂੰ ਬਣਾਇਆ ਜਾ ਸਕਦਾ ਮੁੱਦਾ ਸਾਰੇ ਧਰਮ ਦਾ ਹੀ ਮੁੱਦਾ ਸਰਕਾਰ ਦਾ ਵੀ ਹੁਣ ਮੁੱਦਾ ਤੰਬਾਕੂ ਹਾਂ ਸਾਰੀ ਵਰਲਡ ਦਾ ਹੀ ਮੁੱਦਾ ਨਾਨਕ ਨਾਮ ਰੱਤੇ ਤਿੰਨ ਕੋ ਜੈਕਾਰ ਨਾਨਕ ਨਾਮ ਰੱਤੇ ਨਾਨਕ ਕਹਿੰਦਾ ਜਿਹੜੇ ਨਾਮ ਦਾ ਰੰਗ ਚੜ ਗਿਆ ਦਰਗਾਹ ਚ ਉਹਨਾਂ ਦੀ ਜੈਕਾਰ ਹੈ ਇੱਥੇ ਜੋ ਮਰਜ਼ੀ ਹੋਵੇ ਦਰਗਾਹ ਤਾਂ ਉਹਨਾਂ ਦੀ ਜੈਕਾਰ ਹੈ ਇੱਥੇ ਜੈਕਾਰ ਨਹੀਂ ਹੁੰਦੀ ਇੱਥੇ ਕਾਹਦੀ ਜੈਕਾਰ ਇੱਥੇ ਕਹਿੰਦੇ ਲੜਾਈ ਹੈ ਉਹਨਾਂ ਦੀ ਇੱਥੇ ਤਾਂ ਲੜਾਈ ਨਹੀਂ ਭਾਰਤ ਮਾਤਾ ਦੀ ਜੈ ਕਾਹਦੀ ਹੋਈ ਫਿਰ ਲੜਾਈ ਕਿਹਦੇ ਨਾਲ ਹੈ ਭਾਰਤ ਮਾਤਾ ਦੀ ਭਾਰਤ ਮਾਤਾ ਦੀ ਜੈ ਲੜਾਈ ਕਿਹਦੇ ਨਾਲ ਹੈ